ਇਹ ਖਿਡੌਣਾ ਬਣਾਉਣਾ ਬਹੁਤ ਆਸਾਨ ਹੈ। ਤੁਹਾਨੂੰ ਚਾਹੀਦਾ ਹੈ ਬਸ ਇੱਕ ਮੁੜਿਆ ਹੋਇਆ ਸਟ੍ਰਾਅ, ਗੁਬਾਰਾ ਅਤੇ ਇੱਕ ਰਬੜ ਬੈਂਡ। ਮੁੜੇ ਹੋਏ ਸਟ੍ਰਾਅ ਦਾ ਇੱਕ ਸਿਰਾ ਕੱਟ ਕੇ ਉਸ ਦੀਆਂ ਦੋਨੋਂ ਲੱਤਾਂ ਬਰਾਬਰ ਕਰ ਲਓ। ਸਟ੍ਰਾਅ ਦਾ ਇੱਕ ਸਿਰਾ ਗੁਬਾਰੇ ਵਿੱਚ ਰੱਖ ਕੇ ਇਸ ਨੂੰ ਰਬੜ ਬੈਂਡ ਨਾਲ ਬੰਨ ਦਿਓ। ਹਵਾ ਦੀ ਕੋਈ ਨਿਕਾਸੀ ਨਾ ਹੋਵੇ। ਗੁਬਾਰਾ ਫੁਲਾ ਕੇ ਸਟ੍ਰਾਅ ਦੇ ਮੁੜੇ ਹਿੱਸੇ ਦੇ ਖੁੱਲ੍ਹੇ ਮੂੰਹ ਨੂੰ ਇੱਕ ਉਂਗਲ ਨਾਲ ਬੰਦ ਕਰ ਲਓ। ਗੁਬਾਰੇ ਨੂੰ ਛੱਡਣ 'ਤੇ ਹਵਾ ਸਟ੍ਰਾਅ ਵਿੱਚੋਂ ਬਾਹਰ ਨਿਕਲੇਗੀ ਅਤੇ ਗੁਬਾਰਾ ਗੋਲ ਘੁੰਮੇਗਾ। ਇਹ ਨਿਊਟਨ ਦੇ ਤੀਸਰੇ ਸਿਧਾਂਤ ਨੂੰ ਵੀ ਦਰਸਾਉਂਦਾ ਹੈ। ਹਰ ਕਿਰਿਆ ਦੀ ਬਰਾਬਰ ਅਤੇ ਵਿਰੋਧੀ ਪ੍ਰਤੀਕਿਰਿਆ ਹੁੰਦੀ ਹੈ।